ਫੜਾਇਆ 5000 ਕਹਿੰਦੇ ਹਾਫਿਜ਼ ਸਾਹਿਬ ਐ ਦੱਸੋ ਕਿੰਨੇ ਦਾ ਨੋਟ ਹੈ ਮੈਂ ਕਿਹਾ ਜੀ 5000 ਦਾ ਨੋਟ ਕਹਿੰਦਾ ਖੋਲ ਅੱਖਾਂ ਤੂੰ ਕੀ ਡਰਾਮੇਬਾਜ਼ੀ ਕੀਤੀ ਨਾਰਿੰਦ ਸਾਡੇ ਨਾਲ ਸਾਰੇ ਇੱਕ ਮੌਜੂਦ ਨੇ ਸਰ ਤੁਹਾਡਾ ਨਾਮ ਹਾਫਿਜ਼ ਗੁਲਾਮ ਅਬਾਸ ਤੇ ਹਾਫਿਜ਼ ਸਾਹਿਬ ਗੱਲ ਇਹ ਹੈ ਜੀ ਸਰ ਇੱਕ ਗੱਲ ਦੱਸੋ ਜੀ ਜਨਾਬ ਕਿ ਤੁਸੀਂ ਬਚਪਨ ਤੋਂ ਯਾਨੀ ਪਦੈਸ਼ੀ ਨਵੀਨੇ ਜੇ ਹਾਂਜੀ ਪਦੈਸ਼ੀ ਆਇਸ ਜੀ ਜ਼ਲੋ ਸਾਂ ਪਦੈਸ਼ੀ ਆਇਸ ਜੀ ਜ਼ਲੋ ਯਾਨੀ ਕਿ ਬੈਟਰੀ ਡਾਊਨ ਹੋ ਗਈ ਸੀ ਯਾਰ ਕੈਸਾ ਜੀਦਾਰ ਬੰਦਾ ਖੁਦਾ ਦੀ ਕਸਮ ਗੱਲ ਇਹ ਨਹੀਂ ਹੈਗੀ ਕਿ ਮਜ਼ਾਕ ਕਰ ਰਿਹਾ ਗੱਲ ਨਹੀਂ ਹੈਗੀ ਏਡੀ ਵੱਡੀ ਕਮੀ ਕਿ ਯਾਰ ਤੁਸੀਂ ਸੋਚੋ ਕਿ ਤੁਸੀਂ 2 ਮਿੰਟ ਐਂ ਕਰਕੇ ਬੂਹੇ ਤੱਕ ਨਹੀਂ ਜਾ ਸਕਦੇ ਘੰਟੇ ਵਾਸਤੇ ਨਹੀਂ ਹੋ ਜਾਂਦੇ ਨੇ ਜਦੋਂ ਲੈਟ ਜਾਂਦੇ ਜੀ ਹਾਫਿਜ਼ ਸਾਹਿਬ ਜੀ ਸਰ ਹਾਫਿਜ਼ ਸਾਹਿਬ ਮੈਂ ਤੁਹਾਡੀ ਕਸਮੇ ਮੈਂ ਤਾਰੀਫ ਹੀ ਕਰਨ ਲੱਗਾ ਮੈਨੂੰ ਕਰ ਲੈਣ ਦਿਓ ਅੱਲਾ ਪਾਕ ਕਰ ਲੈਣ ਦਿਓ ਤੁਹਾਨੂੰ ਉਸਤਾਦ ਜੀ ਤੰਦਰੁਸਤੀ ਦੇਵੇ ਕੱਚਾ ਬਿਸਕੁਟ ਖਾਇਆ ਕਰੋ ਸਹਿਰ ਜੋ ਠਹਿਰੋ ਜਿਹੜੇ ਤੁਹਾਡੇ ਵਰਗੇ ਬਾਕੀ ਸਾਡੇ ਪਾਕਿਸਤਾਨ 'ਚ ਭਰਾ ਨੇ ਨਾ ਜਿਹਨਾਂ ਦੀ ਅੱਖਾਂ ਨਹੀਂ ਗਈਆਂ ਮੈਂ ਉਹਨਾਂ ਨੂੰ ਕੋਈ ਮੈਸੇਜ ਦੇਣ ਲੱਗਾ ਉਹ ਦੇ ਲੈਣ ਦਿਓ ਫਿਰ ਆਪਾਂ ਇੱਥੇ ਹੀ ਹਾਂ ਠੀਕ ਹੈ ਤੁਸੀਂ ਜਿਹੜਾ ਅੰਦਰੋਂ ਅੰਦਰ ਇਮਾਨ ਉਹਨਾਂ ਨੂੰ ਫਾਲੋ ਕਰ ਰਹੇ ਨਾ ਠਹਿਰ ਜੋ ਤਰ੍ਹਾਂ ਮੈਂ ਕਹਿਣ ਲੱਗਾ ਸਾ ਕਿ ਐਂ ਕਹਿਣ ਲੱਗਾ ਸਾ ਇਹੀ ਮੈਂ ਕਹਿਣ ਲੱਗਾ ਸਾ ਜਿਹੜਾ ਉਹਨਾਂ ਨੇ ਕਹਿਤਾ ਮੈਂ ਕਿਹਾ ਹਾਫਿਜ਼ ਸਾਹਿਬ ਤੁਸੀਂ ਸੌਂਦੇ ਤਾਂ ਨਹੀਂ ਹੋ ਕਿਸੇ ਚੁੱਪ ਹੀ ਹੁੰਦੇ ਹੋ ਨਹੀਂ ਮੈਂ ਸੌਂਦਾ ਨਹੀਂ ਗਾ ਮੈਂ ਮੂੰਹ ਮੀਟਦਾ ਉਹਨੇ ਕਿਹਾ ਨਾ ਓਏ ਓਏ ਇੱਕ ਮਿੰਟ ਨਵੀਨੇ ਨੂੰ ਕਿਹਾ ਸੌਂ ਜਾਓ ਕਹਿੰਦਾ ਅਸੀਂ ਕਿਹੜਾ ਸੌਣਾ ਹੁੰਦਾ ਸੀ ਤੇ ਮੂੰਹ ਹੀ ਬੰਦ ਕਰਨਾ ਹੁੰਦਾ ਬੰਦੇ ਹਾਂ ਵਾਹ ਵਾਹ ਹੈ ਜਿੱਥੇ ਬਾਜੀ ਤੁਰੇ ਫਿਰ ਅੱਛਾ ਮੈਂ ਕਹਿਣ ਲੱਗਾ ਸਾਹਿਬ ਮੇਰੀ ਗੱਲ ਮੈਂ ਵੀ ਗੱਲ ਪੂਰੀ ਕਰਨੀ ਆ ਸਾਹਿਬ ਜੀ ਜੀ ਜਨਾਬ ਗੁਲਾਮ ਨਬੀ ਸਾਹਿਬ ਜਨਾਬ ਮੈਂ ਵੀ ਗੱਲ ਪੂਰੀ ਕਰਕੇ ਹੀ ਹਟਣਾ ਗੁਲਾਮ ਅਬਾਸ ਸਾਹਿਬ ਜੀ ਜੀ ਮਰਹੂਮ ਮਰਹੂਮ ਅੱਖਾਂ ਲੋ ਮਰਹੂਮ ਨੇ ਇਹ ਅਬਦੁਲ ਕਯੂਮ ਮੈਂ ਸਰ ਮੈਂ ਆਪਣੀ ਗੱਲ ਪੂਰੀ ਕਰਨੀ ਮੈਂ ਕਹਿਣ ਲੱਗਾ ਸਾਂ ਕਿ ਇੰਨੀ ਵੱਡੀ ਮਹਿਰੂਮੀ ਦੇ ਬਾਵਜੂਦ ਇੰਨਾ ਖੁਸ਼ ਮਿਜ਼ਾਜ ਖੁਸ਼ ਇਖਲਾਕ ਔਰ ਮਤਲਬ ਅੱਜ ਕੱਲ੍ਹ ਸਾਰਾ ਕੁਛ ਠੀਕ ਹੁੰਦਾ ਅਤੇ ਸੜੇ ਪਏ ਹੁੰਦੇ ਨੇ ਸੜੇ ਪਏ ਮਤਲਬ ਸਵਾ ਟੈਪ ਹੋਏ ਹੁੰਦੇ ਨੇ ਲੇਕਿਨ ਇੰਨਾ ਇੰਨੀ ਵੱਡੀ ਮਹਿਰੂਮੀ ਦੇ ਬਾਵਜੂਦ ਔਰ ਕਿੱਡੇ ਖੁਸ਼ ਇਖਲਾਕ ਨੇ ਇਸ ਵਾਸਤੇ ਕੋਈ ਐਸਾ ਹੱਥ ਤੁਹਾਨੂੰ ਤੁਹਾਡੀ ਮਾਂ ਦੀ ਕਿ ਸਾਡੇ ਕਲੈਪ ਨਾ ਕਰੇ ਨਾ ਤੁਹਾਨੂੰ ਵੀ ਵਿੱਚੇ ਹੀ ਗਿਆ ਮਿਸਾਲ ਦੇ ਤੌਰ ਤੇ ਇੱਕ ਚੀਜ਼ ਆ ਮਤਲਬ ਆਸਮਾਨ ਆ ਹਾਂਜੀ ਤੁਸੀਂ ਕਦੀ ਨਾ ਉਹਦੇ ਨਹੀਂ ਢੋ ਸਕਦੇ ਨਹੀਂ ਉਹਨੂੰ ਕਿਸੇ ਨਾਲ ਢੋ ਸਕਦੇ ਉੱਥੇ ਤੇ ਤੁਸੀਂ ਵੀ ਨਹੀਂ ਜਾ ਸਕਦੇ ਉਹੀ ਕਹਿ ਰਿਹਾ ਤੁਸੀਂ ਉਹਦਾ ਕੀ ਜ਼ਿਹਨ 'ਚ ਬਣਾਇਆ ਜਦੋਂ ਲੋਕੀ ਕਹਿੰਦੇ ਨੇ ਬੱਦਲ ਆ ਗਏ ਸੁਣਿਆ ਤਾਂ ਨਾ ਨਹੀਂ ਮੈਨੂੰ ਆਵਾਜ਼ ਆਉਂਦੀ ਖੁੜ 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 ਨਹੀਂ 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 ਆਵਾਜ਼ ਤਾਂ ਰੋਂਦੀ ਆ ਹਾਂਜੀ ਤੁਹਾਡੇ ਦਿਮਾਗ 'ਚੋਂ ਦੀ ਕੀ ਤਸਵੀਰ ਕਿੱਦਾਂ ਦੀ ਬਣ ਜੂ ਕਿੱਦਾਂ ਦਾ ਹੋਏਗਾ ਤਸਵੀਰ ਇਹ ਹੁੰਦੀ ਆ ਕਿ ਬੜਾ ਸੋਹਣਾ ਬਦਲ ਹੈ ਤਾਂ ਬਾਰਿਸ਼ ਸਿਰਫ ਟੜਦੇ ਪੈਂਦੀ ਹੈ ਮੈਂ ਤੁਹਾਨੂੰ ਇੱਕ ਮੂੰਹ ਦੇ ਹੱਥ ਫੜਾਉਣਾ ਅੱਗੇ ਉਹ ਮੂੰਹ ਕਰ ਤੁਸੀਂ ਇਹਦਾ ਰੰਗ ਦੱਸਣਾ ਕਿੱਦਾਂ ਦਾ ਵਾ ਓ ਵਾਈਟ ਮਾਸ਼ਾਅੱਲਾ ਸੋਹਣਾ ਹੈ ਤੇ ਨੀਲੀ ਬਾਸਕਟ ਵਰਗਾ ਅੱਛਾ ਤੁਸੀਂ ਮੇਰਾ ਜ਼ਰਾ ਦੱਸਣਾ ਕਿ ਮੇਰਾ ਨੱਕ ਮੇਰਾ ਮੂੰਹ ਜ਼ਰਾ ਹਿਸਾਬ ਲਾਓ ਮੈਂ ਜਨਾਬ ਕਿਆ ਬਾਤ ਹੈ ਹੁਸਨ ਬੜਾ ਟੜਤੇ ਹਾਂ ਉਹ ਜਦੋਂ ਨੂਰ ਜਾਨ ਜਿੰਦਾ ਸੀ ਨਾ ਉਹਨੇ ਸਟੂਡੀਓ ਬਣਾਉਣਾ ਸੀ ਤੁਹਾਡੇ ਕਹਿਣ ਤੇ ਅੱਛਾ ਉਹ ਵਿਚਾਰੀ ਕਹਿੰਦੀ ਫੌਤ ਹੋ ਗਈ ਐਂਡ ਤੇ ਕਹਿਤਾ ਪੁੱਤਰ ਹਟਾ ਤੇ ਨਹੀਂ ਵਿਕਦੇ ਕੀ ਲੱਭਣੀ ਹੈ ਵਿੱਚ ਬਾਜ਼ਾਰ ਗੁੜੇ ਉਹਨੇ ਤੁਹਾਡੇ ਬਾਰੇ 'ਚ ਵੀ ਇੱਕ ਗੱਲ ਕਹੀ ਆ ਜੀ ਸਰ ਉਹਨੇ ਕਿਹਾ ਪੁੱਤਰ ਹਟਾਇਆ ਵੀ ਨਹੀਂ ਹਟਦੇ ਹੈਂ ਅੱਛਾ ਫਤਾ ਤੁਹਾਨੂੰ ਕੋਈ ਐਸੀ ਕੋਈ ਚੀਜ਼ ਆਉਂਦੀ ਹੈ ਕਿ ਜਿਹੜੀ ਸਾਡੇ ਸਾਰੇ ਭਰਾ ਸੁਣਨ ਕੋਈ ਤੁਹਾਡੇ ਕੋਲ ਨਜਾਬ ਕੋਈ ਲਤੀਫਾ ਹੋਵੇ ਕੋਈ ਗੱਲ ਹੋਵੇ ਕੋਈ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਹੋਵੇ ਜਾਂ ਜਿਹੜੇ ਅੱਖਾਂ ਵਾਲੇ ਨੇ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਜਿਹੜੇ ਅੱਖਾਂ ਵਾਲੇ ਨੇ ਉਹ ਤਾਂ ਵੇਖ ਕੇ ਵੀ ਰੋਟੀ ਖਾ ਲੈਣਗੇ ਹਾਂ ਨਵੀਨਿਆਂ ਨੇ ਤਾਂ ਹੋਟਲ ਨਹੀਂ ਲੱਭਣਾ ਨਹੀਂ ਇੱਕ ਵਾਕਿਆ ਕੋਈ ਐਸਾ ਜਿਹੜਾ ਤੁਸੀਂ ਅੱਖਾਂ ਦੀ ਵਜ੍ਹਾ ਤੋਂ ਕੋਈ ਧੋਖਾ ਖਾ ਗਏ ਹੋਵੋ ਤੁਹਾਨੂੰ ਕਿਸੇ ਨੇ ਕੋਈ ਗਲਤ ਚੀਜ਼ ਦੇਤੀ ਹੋਵੇ ਕੋਈ ਐਸਾ ਨਹੀਂ ਜੀ ਮੈਂ ਬੈਂਕ 'ਚ ਗਿਆ ਅੰਨੇ ਵਾਹ ਗਿਆ ਅੱਛਾ ਜੀ ਮੈਂ ਬੈਂਕ 'ਚ ਗਿਆ ਤੇ ਅੰਨੇ ਵਾਹ ਗਿਆ ਤੇ ਮੈਨੂੰ ਨਾ ਉਦੋਂ ਨੋਟ ਨਿਕਲਿਆ ਸੀ 5000 ਦਾ ਨਵਾਂ ਅੱਛਾ ਹੁਣ ਮੈਨੂੰ ਕਹਿੰਦੇ ਜੀ ਹਾਫਿਜ਼ ਸਾਹਿਬ
अगर तुसी नोट दसो तो ताडा हो जाएगा। मैं कहा ठीक है। सारे बैठे, मैनेजर बैठे, मैडम बैठिया, सारिया यानी कि कंप्यूटर सारिया यानी कि पढ़िया लिखिया डबल एम ए कि सारे पी एच डी जिन्होंने किया सारे बैठे। पहले उन्होंने मैंने फड़ाया दसा का नोट, हूँ मैं नवीना से मैं टो के दसदा, मैं जी दसदा है मेरा हो गया। ओके फिर मैंने उन्होंने फड़ाया भी, फिर पंजा फड़ाया पाँह का, फिर पंजाया पांच सौ का, फिर फड़ाया तुम दसी गए, मैं दसी गया जेब च पाई एंड फड़ाई गया। उन्हें एंड तो फड़ाया पांच हज़ार, कहें हाफज साहब ए दसो किने का नोट है। मैं क्या जी पांच हज़ार का नोट, कहता खोल अखा तू भी ड्रामेबाजी की। ਤੁਸੀਂ ਮੈਨੂੰ ਪਹਿਲੇ ਵੀ ਜਾਣਦੇ ਸੀ? ਹਾਂਜੀ ਮੈਂ ਜਾਣਦਾ ਸਾਂ, ਮੈਂ ਤੁਹਾਨੂੰ ਸਿਟੀ 42 'ਚ ਵੇਖਦਾ ਸਾਂ। ਹਾਫਜ਼ਾ ਤੁਸੀਂ ਤਾਂ ਆਪਣੀ ਮਸ਼ਹੂਰ ਨੂੰ ਇਹ ਵੀ ਨਹੀਂ ਗਾਣਾ ਸੁਣਾ ਸਕਦੇ। ਆਖੋਂ ਕੀ ਗੁਸਤਾਖੀਆਂ ਮਾਫ ਹੋ। ਉਹ ਗੁਸਤਾਖੀ ਮੈਂ ਕੀਤੀ ਨਹੀਂ ਸੀ। ਅੱਛਾ ਸਰ ਤੁਸੀਂ ਇਹਨਾਂ ਦੇ ਬਾਰੇ 'ਚ ਕੋਈ ਕੋਈ? ਸਰ ਮੈਂ ਸਿਰਫ ਇਹ ਕਹਿ ਰਿਹਾ ਕਿ ਹਾਫਜ਼ ਸਾਹਿਬ ਤਾਂ ਇਹ ਵੀ ਨਹੀਂ ਗਾਣਾ ਗਾ ਸਕਦੇ ਕਿ ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਟਾੜੀਆਂ ਦੇ। ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਟਾੜੀ ਦਾ, ਮੁੰਡਾ ਪੱਟ ਟਾੜੀ ਦਾ। ਤਾਂ ਤੇ ਕਦੀ ਕਿਸੇ ਨੇ ਇਹ ਵੀ ਨਹੀਂ ਕਹਿਣਾ ਓਏ ਅੱਖਾਂ ਕੱਢਦਾ। ਨਹੀਂ ਇੱਕ ਬੁੱਢੀ ਦੇ ਵਿੱਚ ਮੈਂ ਵੱਜਾ ਤੇ ਬੁੱਢੀ ਮੈਨੂੰ ਕਹਿਣ ਲੱਗੀ ਹਾਏ ਤੇਰਾ ਬੇੜਾ ਤਰਜੇ, ਤੇ ਮੈਂ ਅੱਗੋਂ ਕੀ ਕਿਹਾ, ਮੈਂ ਕਿਹਾ ਸੋਰੀ ਬਾਜੀ ਮੈਨੂੰ ਨਜ਼ਰ ਨਹੀਂ ਸੀ ਆਉਣ ਡਿਆ। ਚਾਰ ਅੱਖਾਂ ਵਾਲਾ ਜਿੰਨ ਹੁੰਦਾ ਕਵਰ 'ਚ ਝੱਲੀ ਬੰਨੀ ਹੁੰਦੀ। ਓਏ ਮੇਰੇ ਮੌਲਾ, ਝੱਲੀ ਯਾਨੀ ਕਿ ਪੱਖੀ, ਵੱਡੀ ਪੱਖੀ। ਮੈਂ ਤੁਹਾਨੂੰ ਕਹਿੰਦਾ ਤੁਸੀਂ ਅੰਦਾਜ਼ਾ ਲਾਓ ਇਹਦਾ ਮੂੰਹ ਕਿੱਦਾਂ ਦਾ ਹੋਣਾ ਤੁਹਾਡੇ ਸਾਹਮਣੇ। ਓਏ ਹੋਏ ਹੋਏ, ਨਹੀਂ ਆਵਾ ਸਾਹਿਬ ਮੇਰੇ ਹਿਸਾਬ ਨਾਲ ਇਹਦਾ ਮੂੰਹ ਐਂਜਾ ਕਿ ਨਾ ਚਲਾਕ 'ਚ ਬੱਤੀ ਖਿੱਚੀ ਹੁੰਦੀ। ਨਹੀਂ ਆਵਾ ਸਾਹਿਬ ਮੇਰੇ ਹਿਸਾਬ ਨਾਲ ਐਂਜਾ ਮੈਂ ਅੱਠ ਚਿਰਾਗ ਬਾਲ ਕੇ ਫਿਰ ਮਹੀਨੇ ਬਾਅਦ ਬਿੱਲ ਆਇਆ ਹੁੰਦਾ। ਮੈਂ ਕਿਹਾ ਜੇ ਮੇਰੇ ਮਮਲਾ ਲੈ ਮਮਲਾ ਕਹਿ ਜੇ ਇਹਨਾਂ ਦੇ ਕਮਲਾ। ਅੱਛਾ ਸੁਪਰਮੈਨ ਤਾਂ ਕੱਲ ਇਹਨੇ ਗੋਭੀ ਗੋਟੀਆਂ ਪਕਾਈਆਂ ਸਾਡੀਆਂ। ਸੁਪਰਮੈਨ ਤਾਂ ਮੁੜ ਤੋਂ ਡਿੱਗ ਪੈਂਦਾ, ਮੂੜੇ ਤੋਂ ਡਿੱਗ ਪੈਂਦਾ। ਮੈਂ ਇਹ ਸੁਪਰਮੈਨ ਤੇ ਮੈਂ ਇਹਨੂੰ ਪੁੱਛਿਆ ਤੇਰਾ ਉੱਡਣ ਵਾਲਾ ਕੱਪੜਾ ਕਿੱਥੇ, ਕਹਿੰਦਾ ਕੱਲ ਮਾਮੇ ਦੇ ਮਿਲਣੀ ਕਰਾ ਦੀ। ਹਾਂਜੀ ਮੈਂ ਜਿਹਨੇ ਤਾਂ ਗਾਰਾ ਖਾਂਦਾ।